ਤੁਹਾਨੂੰ ਬੇਟੇ ਬੇਟੀਆਂ ਦਿੱਤੇ ਵਾ ਜੰਨਾਤ ਵਯੂਨ ਕਿੰਨੇ ਇੱਥੇ ਯਮਨ ਦੇ ਅੰਦਰ ਬਾਗਾਤ ਔਰ ਚਸ਼ਮੇ ਜਾ ਰਹੇ ਜਾ ਰਹੀ ਹੈ ਕੋਈ ਨਿਮਤ ਛੱਡੀ ਹੈ ਜਿਹੜੀ ਖੁਦਾ ਨੇ ਤੂੰ ਇਸ ਕੌਮ ਨੂੰ ਨਹੀਂ ਦਿੱਤੀ ਇੰਨੀ ਅਖਾਫ ਔਰ ਅਜ਼ਾਬ ਯਮਨ ਅਜ਼ੀਮ ਜੇ ਜੇ ਹਾਲ ਇਹ ਹੀ ਰਿਹਾ ਨਾ ਤੇ ਨਾ ਇਹ ਪ੍ਰੈਜ਼ੀਡੈਂਟ ਹਾਊਸ ਰਹਿਣਾ ਅਤੇ ਨਾ ਇਹ ਪਾਰਲੀਮੈਂਟ ਰਹਿਣੀ ਅਤੇ ਨਾ ਹੋਰ ਕਈ ਆਏ ਹੋ ਜਾਏ ਫਿਰ ਮੈਂ ਅੱਜ ਤੁਹਾਡੇ ਬਾਰੇ ਮੈਂ ਖਤਰਾ ਹੈ ਕਿ ਸਖਤ ਦਿਨ ਅਜ਼ਾਬ ਕਾ ਤੁਮ ਪਰਾ ਜਾਏ ਅੱਲਾ ਕਈਆਂ ਦੀ ਸਫਾ ਲਪੇਟ ਚੁੱਕਾ ਔਰ ਉਹਦੇ ਨਿਸ਼ਾਨ ਇਸ ਦੁਨੀਆਂ 'ਤੇ ਨਹੀਂ ਰਹਿ ਤਾਰੀਖਾਂ 'ਚ ਹੀ ਨਾਂ ਰਹਿ ਗਿਆ ਕਈਆਂ ਦੇ ਨਾਂ ਵੀ ਲੱਭੇ ਕੁਰਾਨ ਪਾਕ ਨੇ ਆਖਿਆ ਕਿ ਹਜ਼ਰਤ ਨੂਹ ਅਲੈਹਿ ਸਲਾਮ ਦੇ ਦਰਮਿਆਨ ਔਰ ਇਹਨਾਂ ਦੇ ਇੰਨੀਆਂ ਨਸਲਾਂ ਜਿਨ੍ਹਾਂ ਨੂੰ ਸਵਾਇ ਅੱਲਾ ਤੋਂ ਜਾਣਦਾ ਹੀ ਕੋਈ ਨਹੀਂ ਰੱਬ ਨੂੰ ਪਤਾ ਕਿੰਨੇ ਕੁ ਹੋਏ ਕੋਈ ਖਬਰ ਨਹੀਂ ਤਬਾਹ ਕਰਤੇ ਰੱਬ ਨੇ ਫਿਰ ਮੈਨੂੰ ਡਰ ਆ ਬੈ ਨਾ ਬਾਦ ਆਇਆ ਨਾ ਤੁਸੀਂ ਅਦਲੋ ਇਨਸਾਫ ਕਾਇਮ ਨਾ ਕੀਤਾ ਅਤੇ ਫਿਰ ਇੱਕ ਬਹੁਤ ਸਖਤ ਦਿਨ ਆਉਣਾ ਤੌਰ 'ਤੇ ਜਦੋਂ ਤਬਾਹੀ ਹੋ ਜਾਣੀ ਕਾਲੂ ਸਵਾ ਉਹਨਾਂ ਲੈਣ ਅਵਸਥਾ ਅਮਲਮ ਤੱਕ ਮਨਲਵਾਏ ਜੀ ਇਹ ਖਬੀਸ ਕੌਮਾਂ ਦਾ ਹਾਲ ਹੁੰਦਾ ਜਿਹਨਾਂ ਬਰਬਾਦ ਹੁੰਦਾ ਉਹਨਾਂ ਦਾ ਹਾਲ ਹੁੰਦਾ ਆਲਮ ਦੀ ਗੱਲ ਨਹੀਂ ਸੁਣਦੇ ਸਮਝਾਉਣ ਵਾਲੇ ਦੀ ਗੱਲ ਨਹੀਂ ਸੁਣਦੇ ਜਦੋਂ ਤੋਂ ਦੁਨੀਆ ਬਣੀ ਹਰ ਖਿੱਤੇ 'ਚ ਅੱਲਾ ਦੀ ਤਰਫੋਂ ਸਮਝਾਉਣ ਵਾਲੇ ਰਹੇ ਭਾਵੇਂ ਨਬੀ ਰਹਿ ਭਾਵੇਂ ਉਹਦੇ ਨਾਇਬ ਇਹਨਾਂ ਜ਼ਾਲਮਾਂ ਨੇ ਪੈਗੰਬਰ ਨੂੰ ਕਹਿ ਦਿੱਤਾ ਭਾਈ ਖਪਦਾ ਰਹਿ ਜਾਣਾ ਕਿੱਡਾ ਵੱਡਾ ਠੱਠਾ ਸਵਾ ਉਹਨਾਂ ਲੈਣਾ ਸਾਡੇ ਲਈ ਬਿਲਕੁਲ ਬਰਾਬਰ ਆਵਾਜ਼ ਤਾਂ ਤੂੰ ਵਾਜ ਕਰ ਅਮਲਮ ਤੱਕ ਮਨਲਵਾਜ਼ੀਨ ਜਾਂ ਨਾ ਕਰ ਕੋਈ ਫਾਇਦਾ ਨਹੀਂ ਤੂੰ ਜੋ ਮਰਜ਼ੀ ਖਪਦਾ ਰਹਿਣਾ ਸਾਡੇ ਨਜ਼ਦੀਕ ਦੀ ਕੋਈ ਹੈਸੀਅਤ ਨਹੀਂ ਮਾਦਲਾ ਕਾਫਰਾ ਕੁੱਤਿਆਂ ਨੇ ਸਮਝਿਆ ਬਕਵਾਸ ਕਹਿੰਦੇ ਕੋਈ ਅਸਰ ਨਹੀਂ ਲੱਗਾ ਰਿਹਾ ਤੂੰ ਅਸੀਂ ਕੋਈ ਨਹੀਂ ਮੰਨਣਾ ਇੰਨਾ ਖੁਦਾ ਦੇ ਪੈਗੰਬਰ ਨੂੰ ਉਹਨਾਂ ਨੇ ਦੁੱਖ ਹੀ ਦਿੱਤਾ ਇਨਹਾਜ਼ਾ ਇਲਾ ਖੁਲਕ ਲਬਣੀ ਕਹਿਣ ਲੱਗੇ ਪੁਰਾਣੀਆਂ ਗੱਲਾਂ ਤੁੜੀਆਂ ਆਉਂਦੀਆਂ ਕਿਆਮਤ ਆਉਣੀ ਕਦੋਂ ਦੇ ਰੌਲੇ ਸੁਣਦੇ ਹੁੰਦੇ ਆਈ ਹੈ ਕਿਤੇ ਤੇਰੇ ਵਰਗੇ ਕਦੋਂ ਤੋਂ ਡਰਾਉਂਦੇ ਆਉਂਦੇ ਕਿ ਕੌਮ ਇਹੋ ਜਿਹਾ ਕੰਮ ਕਰਦੀ ਅਜ਼ਾਬ ਆ ਦੇਣਾ ਕਈ ਹਜ਼ਾਰ ਸਾਲ 'ਚ ਲੰਘਿਆ ਸਾਨੂੰ ਇਹ ਕੰਮ ਕਰ ਇੱਥੋਂ ਵੀ ਮੁਕਾਬਲਾ ਲੱਗ ਜਾਂਦਾ ਅਜ਼ਾਬ ਇੱਕ ਦਿਨ ਦੇ ਨਹੀਂ ਆਉਂਦਾ ਹੁਣ ਵੀ ਜਿਹੜੇ ਯੂਰਪ ਫਿਰ ਆਉਂਦੇ ਨਾ ਦੋ ਚਾਰ ਫੇਰੇ ਲਾਉਂਦੇ ਉਹ ਆਉਂਦੇ ਤੁਸੀਂ ਆਉਂਦੇ ਵਾਹ ਕਰਦੇ ਲਾਉਂਦੇ ਬਾਜ਼ੀ ਕਰਦੇ ਉਹਨਾਂ ਨੇ ਉਹ ਤਰੱਕੀ ਬੜੀ ਇਹ ਆਪਣੀ ਗਿਣਤੀ ਕਰਦੇ ਕਿ ਇੰਨੇ ਸਾਲ ਹੋ ਗਏ ਅੱਲਾਹ ਆਉਂਦਾ ਹਜ਼ਾਰ ਸਾਲ ਦੇ ਨੂੰ ਤੁਸੀਂ ਕਹਿੰਦੇ ਮੇਰਾ ਤਾਂ ਇੱਕ ਦਿਨ ਹੈ ਮੇਰੇ ਦਿਨ ਲੰਬੇ ਮੈਂ ਮੌਕਾ ਦੇਣਾ ਲੋਕਾਂ ਨੂੰ ਕਿ ਅੱਛਾ ਹੀ ਬੁਰਾਈ ਵਿਖਾ ਰਹਾ ਕੋਈ ਚੰਗੇ ਕੰਮ ਵੀ ਹੁੰਦੇ ਉਹ ਕਰਦੇ ਰਹਿੰਦੇ ਕੋਈ ਬੁਰਾਈ ਤੋਲਦਾ ਰਹਿੰਦਾ ਜਦੋਂ ਬੁਰਾਈ ਵੱਧ ਜਾਂਦੀ ਹੈ ਨੇਕੀ ਤਾਂ ਉਦੋਂ ਤਬਾਹ ਕਰਨਾ ਇਹਨਾਂ ਵੀ ਖਬੀਸਾਂ ਦੇ ਕਹਿਣ ਹਾਜ਼ਾ ਇਲਾ ਖੁਲਕ ਲਬਣੀਨ ਛੱਡ ਲਹੂਦ ਇਹ ਪੁਰਾਣੀਆਂ ਗੱਲਾਂ ਤੁਰੀਆਂ ਆਉਂਦੀਆਂ ਤੁਹਾਡੀਆਂ ਗੱਲਾਂ 'ਚ ਕੋਈ ਜਾਨ ਨਹੀਂ ਕੋਈ ਅਜ਼ਾਬ ਨਹੀਂ ਆਇਆ ਅਤੇ ਕਿਸੇ ਨੂੰ ਕੁਛ ਨਹੀਂ ਹੋਇਆ ਨਾਲ ਦੂਜਾ ਮਨਾ ਇਹਦਾ ਹੈ ਕਿ ਜੋ ਕੁਛ ਅਸੀਂ ਕਰ ਰਹੇ ਹਾਂ ਅੱਜ ਸ਼ੁਰੂ ਹੋਇਆ ਸਾਡੇ ਵੱਡਿਆਂ ਦਾ ਵੀ ਤਰੀਕ ਸਾਡੇ ਬਾਪ ਦਾਦੇ ਵੀ ਇਹ ਕਹਿ ਰਹੇ ਉਹਨਾਂ ਨੂੰ ਕੀ ਹੋਇਆ ਵਮਾ ਨਾਨੋ ਬੇ ਮੌਜ਼ਬੀਨ ਅਤੇ ਤੇਰੇ ਡਰਾਵੇ ਜਿਹੜੇ ਨਾ ਫੋਕੇ ਡਰਾਵੇ ਆ ਧਮਕੀਆਂ ਕੋਈ ਸ਼ੈ ਨਹੀਂ ਸਾਨੂੰ ਕੋਈ ਅਜ਼ਾਬ ਨਹੀਂ ਆਉਣਾ ਕੋਈ ਸ਼ੈ ਨਹੀਂ ਸਾਨੂੰ ਆਉਣੀ ਫਕਤ ਜ਼ਬੂ ਹੋ ਫਾਹਲਕ ਨਾਮ ਅੱਲਾ ਨੇ ਅਖੀਰ ਅੰਜਾਮ ਬਿਆਨ ਫਰਮਾਇਆ ਖਨੀ ਕਿੰਨੇ ਸਾਲ ਗੁਜ਼ਰ ਗਏ ਹਜ਼ਰਤ ਉਜ਼ਲ ਫਰਮਾਇਆ ਉਹ ਨਾ ਮੰਨੇ ਝੁਠਲਾਈ ਕਰਿਆ ਪੈਗੰਬਰ ਆਪਣਾ ਕੰਮ ਕਰਦਾ ਰਿਹਾ ਫਾਹਲਕ ਨਾਮ ਆਖਿਰ 'ਤੇ ਫਿਰ ਹਮਨੇ ਉਨਕੋ ਹਲਾਕ ਕਰ ਬਿਲਕੁਲ ਨਿਸ਼ਾਨ ਗਮ ਕਰਤਾ ਔਰ ਉਹਦੇ ਲਈ ਮੈਂ ਸਿਰਫ ਸੂਰਾ ਜਿਹੜੀ ਨਾ ਦੁਖਾਂ ਆਕਾਫ ਉਹ 'ਚੋਂ ਦੋ ਸਤਰਾਂ ਪੜੂੰਗਾ ਵੀ ਇਹ ਕਿੱਡੀ ਬੁਰੀ ਤਰ੍ਹਾਂ ਤਬਾਹ ਹੋਏ ਅੱਲਾਹ ਤਾਲਾ ਨੇ ਜ਼ਿਕਰ ਜਦੋਂ ਇਹਨਾਂ ਦਾ ਕੀਤਾ ਤਾਂ ਨਹੀਂ ਮੰਨੇ ਤਾਂ ਫਿਰ ਉਹ ਨਾ ਕੋਠੀਆਂ ਬੰਗਲਿਆਂ ਬਚਾਇਆ ਨਾ ਬਾਗਾਤ ਔਰ ਚਸ਼ਮੇ ਬਚਾ ਸਕੇ ਬਰਬਾਦ ਕਰਕੇ ਮੈਂ ਰੱਖ ਦਿੱਤਾ ਇਹ ਸੂਰਾ ਅਲ ਅਹਕਾਫ 26 ਪਾਰਾ ਇਹਦੇ 'ਚ ਅੱਲਾਹ ਪਾਕ ਫਰਮਾਉਂਦਾ ਫਲਾ ਮਾ ਰਹੋ ਆਰ ਦਮ ਮੁਸਤਕਬਲ ਆਓ ਦੀ ਅਤੇ ਪੈਗੰਬਰ ਅਲੈਹਿ ਸਲਾਮ ਤੋਂ ਕਹਿੰਦੇ ਸੀ ਉਦੋਂ ਅਲੈਹਿ ਸਲਾਮ ਵਕਤ ਆ ਗਿਆ ਆਂਦੀ ਉੱਠੀ ਬਹੁਤ ਸਖਤ ਆਉਂਦੀ ਕਾਲੀ ਮਗਰ ਜ਼ਾਲਮਾਂ ਨੇ ਫਿਰ ਵੀ ਕਿਹਾ ਜਦੋਂ ਆਉਂਦਾ ਵੇਖਿਆ ਨਾ ਉਹਨੂੰ ਐਸਾ ਗਰਦਬਾਦ ਔਰ ਐਸਾ ਤੂਫਾਨ ਜਿਵੇਂ ਇੱਥੇ ਕਈ ਵਾਰੀ ਸੁਨਾਮੀ ਵੇਖੇ ਤਾਂ ਜੇ ਥੋੜ੍ਹੇ ਥੋੜ੍ਹੇ ਨਮੂਨੇ ਰਹਿੰਦਾ ਹੀ ਕੱਕ ਅਜ਼ਾਬ ਆ ਰਿਹਾ ਹੈ ਮਗਰ ਕਹਿਣਗੇ ਕਾਲੂ ਹਾਜ਼ਾਰ ਮੁਮਤਰਨਾ ਨੱਚਣ ਲੱਗ ਪਏ ਡਾਂਸ ਕਰਨ ਲੱਗ ਪਏ ਜਸ਼ਨ ਮਨਾਉਣ ਲੱਗ ਪਏ ਕਹਿੰਦਾ ਸੀ ਅਜ਼ਾਬ ਆਉਣਾ ਅਜ਼ਾਬ ਆਉਣਾ ਵੇਖ ਬੱਦਲ ਆ ਰਿਹਾ ਔਰ ਬਾਰਿਸ਼ਾਂ ਹੋਣੀਆਂ ਅਤੇ ਜਲ ਥਲ ਹੋ ਜਾਣੇ ਕਾਲ ਅੱਬਦ ਹੋਇਆ ਮਸਤਾ ਜਲ ਤੁਮ ਬਈ ਅੱਲਾ ਦੇ ਪੈਗੰਬਰ ਨੇ ਆਖਿਆ ਬੇਵਕੂਫ ਔਰ ਨਾਦਾਨੋ ਇਹ ਸ਼ਾਇ ਆ ਗਈ ਜਿਹੜੀ ਤੁਸੀਂ ਮੰਗਦੇ ਸੀ ਨਾ ਬੈਨ ਲਾਇਆ ਫਿਰ ਛੇਤੀ ਜਿਹੜੀ ਤੁਹਾਨੂੰ ਅਜ਼ਾਬ ਆਉਣਾ ਉਹ ਆ ਗਈ ਤੁਸੀਂ ਜੇ ਨੱਚਣ ਡਿਆ ਜੇ ਬੱਦਲ ਕਿੱਥੋਂ ਆਉਣੇ ਆ ਮਸਤਾ ਜਲ ਤੁਮ ਬਈ ਇਹ ਜਿਹੜੀ ਤੁਸੀਂ ਕਾਲੇ ਪੈ ਸੀ ਨਾ ਆ ਗਈ ਹੁਣ ਹਰੀ ਹੁਣ ਫੀ ਹਾ ਅਜ਼ਾਬ ਅਲੀਮ ਇਹ ਬੱਦਲ ਕੋਈ ਨਹੀਂ ਐਸੀ ਧੁੰਦ ਔਰ ਤੇਜ਼ ਹਵਾ ਜਿਹਨੇ ਹੁਣ ਤੁਹਾਡੇ ਬੰਗਲੇ ਵੀ ਉਠਾ ਦੇਣੇ ਇੱਥੇ ਲੋਕਾਂ ਨੇ ਕਈ ਵਾਰੀ ਵੇਖਿਆ ਪਾਕਿਸਤਾਨ ਕਿਆ ਆ ਇਸੇ ਤਰ੍ਹਾਂ ਪੂਰੇ ਬਿਲਡਿੰਗਾਂ ਚੁੱਕ ਕੇ ਉਸ ਤੂਫਾਨ ਨੇ ਉਠਾ ਛੋਟੇ ਨਮੂਨੇ ਪਰ ਮੈਂ ਐਸੀ ਹਵਾ ਆਈ ਆ ਜਿਹਨੇ ਹੁਣ ਅਜ਼ਾਬ ਅਜ਼ੀਮ ਹੋਣਾ ਬਰਬਾਦ ਹੋ ਜਾਣਾ ਤਦੋਂ ਮੇਰੇ ਕੁਰਲਾ ਸ਼ਾਇਮ ਮੈਂ ਮੇਰੇ ਰੱਬ ਆ ਆਪਣੇ ਰੱਬ ਦੇ ਹੁਕਮ ਨਾਲ ਹਰ ਸ਼ਾਇਦ ਜਿੱਥੋਂ ਦੀ ਉਹਨੇ ਗੁਜ਼ਰਨੀ ਬਰਬਾਦ ਕਰ ਦੇਣੀ ਇਮਾਰਤਾਂ ਢਹਿ ਜਾਣੀਆਂ ਦਰਖਤ ਡਿੱਗ ਜਾਣੇ ਦੂਜੇ ਥਾਂ ਅੱਲਾ ਤਾਲਾ ਫਰਮਾਉਂਦਾ ਡਿੱਗੇ ਵੇਖੇ ਲੋਕ ਨਾ ਸਵੇਰੇ ਜਿਵੇਂ ਖਜੂਰ ਜਿਹੜੀ ਨਾ ਖੋਖੜੀ ਹੋ ਕੇ ਉਹਦਾ ਤਣਾ ਖਾ ਲਿਆ ਹੋਵੇ ਤੋ ਉਹ ਡਿੱਗ ਪੈਂਦਾ ਨਾ ਇੱਦਾਂ ਇਹਦੇ ਲੰਮਾ ਕੱਦਾਂ ਵਾਲੇ ਪੈ ਸੀ ਸਵੇਰੇ ਮਰੇ ਹੋਏ ਸਾਰੇ ਔਰ ਇੱਥੇ ਵੀ ਸਮਝ ਲਓ ਜਿਹੜਾ ਕੁੱਲ ਸ਼ਾਇ ਹਰ ਵਾਰੀ ਦਵਾਈ ਦਿੰਦੇ ਰਹਿੰਦੇ ਸਾਡੇ ਕੋਈ ਸਾਥੀ ਐਸੇ ਜਿਹਨਾਂ ਨੂੰ ਜਿੱਥੇ ਕੁੱਲ ਲੱਭ ਜਾਣਾ ਰਸੂਲਾਂ ਨੂੰ ਹਰ ਸ਼ਾਇ ਲੱਭਾ ਉਹ ਕੁੱਲ ਦਾ ਸਮਝਿਆ ਵੀ ਕਰੋ ਇੱਥੇ ਕੁੱਲ ਨਹੀਂ ਲਿਖਿਆ ਤਦਮ ਮੇਰੇ ਕੁੱਲਾ ਸ਼ਾਇ
ਕਿ ਹਰ ਸ਼ੈ ਕੋ ਹਵਾ ਬਰਬਾਦ ਕਰ ਦੇਗੀ ਤਾਂ ਅਰਸ਼ ਅਜ਼ੀਮ ਤੋਂ ਲੈ ਕੇ ਚਾਹੀਦਾ ਅਸੀਂ ਥੱਲੇ ਤੱਕ ਫਿਰ ਸਾਰੇ ਜ਼ਮੀਨ ਅਸਮਾਨ ਤਬਾਹ ਹੋ ਜਾਂਦੇ ਕੁੱਲ ਸ਼ਾਹ ਜੋ ਕੁੱਲ ਸ਼ਾਹ ਬਹੁਤ ਮਹਦੂਦ ਹੁੰਦਾ ਕਿ ਜਿਹੜੀ ਗੱਲ ਹੋ ਰਹੀ ਉੱਥੇ ਇੱਕ ਪਰ ਨਾ ਕਿ ਤੁਹਾਡਾ ਸਭ ਕੁਝ ਨਹੀਂ ਉਹਨੇ ਛੱਡਣਾ ਬਾਕੀ ਜਹਾਨਾਂ ਨੂੰ ਕੀ ਕਰਨਾ ਹੁਣ ਇਸ ਤੋਂ ਹਜ਼ਰਤ ਸ਼ਾਹ ਵਲੀ ਉੱਲਾ ਰਹਿਮਤੁਲਾ ਦਰਮਿਆਨ ਚਾਹੁੰਦਾ ਇੱਕ ਹਦੀਸੇ ਪਾਕ ਹੁੰਦਾ ਅੱਲਾਹ ਨੇ ਆਪ ਦੇ ਇੱਥੇ ਪੁਸ਼ਤ 'ਤੇ ਹੱਥ ਰੱਖਿਆ ਆਪ ਫਰਮਾਉਂਦੇ ਫਤਿਹ ਜੱਲ ਲਾ ਲਈ ਕੁੱਲੋ ਸ਼ਾਹ ਹਰ ਸ਼ਾਹ ਮੇਰੇ ਲਈ ਜ਼ਾਹਿਰ ਹੋ ਗਈ ਮੈਂ ਵੇਖਦਾ ਬੜੇ ਬੜੇ ਅਲਬਾਹ ਫਤਿਹ ਜੱਲ ਲਾ ਲਈ ਕੁੱਲੋ ਸ਼ਾਹ ਸਾਰਾ ਇਲਮੇ ਗਾਇਬ ਹੋ ਗਿਆ ਉਹ ਸ਼ਾਹ ਸਾਹਿਬ ਫਰਮਾਉਂਦੇ ਗੱਲ ਤਾਂ ਛੋਟੀ ਜਿਹੀ ਹੈ ਕਿ ਜਿਹੜੀ ਗੱਲ ਪੁੱਛੀ ਸੀ ਜਦੋਂ ਉਹਨੇ ਆਖਿਆ ਮੈਨੂੰ ਨਹੀਂ ਪਤਾ ਹੱਥ ਰੱਖਿਆ ਤਾਂ ਸਾਰੀ ਬਾਤ ਹੋ ਗਈ ਇਹਦੇ ਜ਼ਮੀਨ ਅਸਮਾਨਾਂ ਦੀ ਗੱਲ ਕਿੱਥੋਂ ਆ ਗਈ ਗੱਲ ਕੀ ਸੀ ਅੱਲਾਹ ਤਾਲਾ ਨੇ ਪਹਿਲਾਂ ਪੁੱਛਿਆ ਫਰਿਸ਼ਤਿਆਂ ਦੀ ਕੌਂਸਲ ਦੀ ਜਿਵੇਂ ਪਾਰਲੀਮੈਂਟ ਦਾ ਇਜਲਾਸ ਹੈ ਖੁਦਾ ਦੀ ਪਾਰਲੀਮੈਂਟ ਅਲ ਮਲਾ ਰੌਲਾ ਜੰਨਤ ਉਨਾਵਾ ਦੇ ਕੋਲ ਉਹਨਾਂ ਦੇ ਦਫ਼ਤਰ ਹੈ ਸਾਰੇ ਮਹਿਕਮੇ ਦੇ ਇੰਚਾਰਜ ਫਰਿਸ਼ਤੇ ਬੈਠੇ ਆ ਉਹਨਾਂ ਦੇ ਮਤਹਿਤ ਹੀ ਉੱਥੇ ਬੈਠੇ ਆ ਵੱਡੇ ਵੱਡੇ ਅਫਸਰ ਉੱਥੇ ਫੈਸਲੇ ਹੁੰਦੇ ਔਰ ਉੱਥੇ ਅੱਲਾਹ ਤਾਲਾ ਦੀ ਤਰਫੋਂ ਹੁਕਮ ਉਤਰਦਾ ਜਦੋਂ ਹੁਕਮ ਉਤਰਦਾ ਕੁਰਾਨ ਪਾਕ 'ਚ ਹਦੀਸੇ ਪਾਕ 'ਚ ਆਉਂਦਾ ਇੰਨਾ ਰੋਬਤਾਰੀ ਹੁੰਦਾ ਫਰਿਸ਼ਤਿਆਂ 'ਤੇ ਉਸ ਜ਼ਮਾਨੇ 'ਚ ਟੈਲੀਫੋਨ ਵਗੈਰਾ ਨਹੀਂ ਸੀ ਨਹੀਂ ਤੇ ਹਜ਼ੂਰ ਦੀ ਮਿਸਾਲ ਦਿੰਦੇ ਫਰਮਾਇਆ ਜਿਵੇਂ ਜ਼ੰਜੀਰ ਮਾਰੀ ਦੀ ਨਾ ਪੱਥਰ ਦੇ ਇੱਦਾਂ ਟਿਕ ਟਿਕ ਹੁੰਦਾ ਔਰ ਜਿਸ ਫਰਿਸ਼ਤੇ ਨੂੰ ਆਉਂਦਾ ਉਹਦਾ ਸਾਰਾ ਦਫ਼ਤਰ ਕੰਬਦਾ ਪਾਰੈਨ ਕੰਬ ਲਰਜ ਬਾਅਦ 'ਚ ਪੁੱਛਦੇ ਇੰਚਾਰਜ ਨੂੰ ਮਾਵਾ ਕਾਰ ਰੱਬ ਕੀ ਹੁਕਮ ਜਾਰੀ ਹੋਇਆ ਕਾਰ ਉਲ ਹੱਕ ਆਉਂਦਾ ਖੈਰ ਹੀ ਖੈਰ ਅਜੇ ਤਬਾਹੀ ਦਾ ਕੋਈ ਹੁਕਮ ਨਹੀਂ ਮਸੀਹ ਮਸੀਹ ਹੱਤਾ ਫੁਜ਼ਿਆਨ ਕੁਲੂਬ ਹੈ ਉਹਨਾਂ ਦੇ ਦਿਲਾਂ ਤੋਂ ਬੜੀ ਦੇਰ ਬਾਅਦ ਖੌਫ ਉਤਰਦਾ ਫਰਮਾਇਆ ਸ਼ਰੀਕ ਬਣਾਈ ਫਿਰਦੇ ਜੇ ਖੁਦਾ ਦੇ ਏਡੇ ਏਡੇ ਮੁਕਰ ਫਰਿਸ਼ਤੇ ਕੰਬਣ ਰਹੇ ਉਸ ਖੁਦਾ ਦੇ ਸਾਹਮਣੇ ਤਾਂ ਰਸੂਲ ਕਰੀਮ ਅਲੈਹਿ ਸਲਾਮ ਨੂੰ ਅੱਲਾਹ ਨੇ ਦਿਖਾਇਆ ਕਿ ਫਰਿਸ਼ਤਿਆਂ ਦੀ ਕੌਂਸਲ ਆਪਸ ਬਹਿਸ ਕਰ ਰਹੇ ਪੜ੍ਹ ਲਓ ਉਹਦਾ ਮੁੱਢ ਕੁੱਲ ਹਰ ਸ਼ਾਇਦ ਬਾੜੀ ਜਾਣੀ ਐਵੇਂ ਤੋ ਆਪ ਨੂੰ ਪੁੱਛਿਆ ਕਿ ਕਿਸ ਬਾਰੇ ਝਗੜ ਰਹੇ ਆਪ ਨੇ ਫਰਮਾਇਆ ਮੈਨੂੰ ਕੋਈ ਖਬਰ ਅੱਲਾਹ ਨੇ ਹੱਥ ਰੱਖਿਆ ਫਰਮਾਇਆ ਹਰ ਸ਼ਾਇ ਵਾਦੇ ਹੋ ਹਰ ਸ਼ਾਇ ਉਹ ਜਿਹੜੀ ਇਖਤਸਾਮ ਮਲਾਇਆ ਲਾ ਜਿਹਦੇ 'ਚੋਂ ਫਰਿਸ਼ਤੇ ਝਗੜ ਰਹੇ ਸੀ ਫਿਰ ਪੁੱਛਿਆ ਹੁਣ ਦੱਸ ਫਰਮਾਇਆ ਹਾਂ ਕੱਫਾ ਰਾਤ ਔਰ ਦਰਾਦਾਦ ਝਗੜ ਇਹ ਆਪਸ ਬਹਿਸ ਹੋ ਰਹੀ ਹੈ ਕਿ ਉਹ ਕਿਹੜੇ ਕਿਹੜੇ ਕੰਮ ਹੈ ਜਿਹੜੇ ਕਰੇ ਤਾਂ ਦਰਜੇ ਬੁਲੰਦ ਹੁੰਦੇ ਨੇਕੀਆਂ ਉਹ ਕਿਹੜੀਆਂ ਨੇਕੀਆਂ ਜਿਹਦੇ ਨਾਲ ਇਨਸਾਨ ਦੇ ਗੁਨਾਹ ਨਾਲੋਂ ਨਾਲ ਮਿਟ ਜਾਂਦੇ ਰਬੜ ਦੀ ਤਰ੍ਹਾਂ ਉਹ ਗਿਣ ਕੇ ਵੀ ਦੱਸੇ ਹਜ਼ੂਰ ਨੇ ਕਿ ਆਹ ਦਰਜਾਤ ਬਿਆਨ ਕਰ ਰਿਹਾ ਆਹ ਜਿਹੜੇ ਆ ਕਫਾਰਾਤ ਬਿਆਨ ਕਰ ਇਹ ਦਰਮਿਆਨ ਗੱਲ ਆ ਗਈ ਕਿ ਜਿਹੜਾ ਹਰ ਜਗ੍ਹਾ ਸ਼ੈ ਸ਼ੈ ਲਈ ਜਾਣਾ ਕੁੱਲ ਸ਼ੈ ਇਹ ਨਹੀਂ ਹੋਣਾ ਚਾਹੀਦਾ ਸੋਚਿਆ ਕਿ ਗੱਲ ਕੀ ਹੋ ਰਹੀ ਸੀ ਮੈਂ ਹੁਣ ਸਾਰੇ ਖੁਦਬੇ ਤੋਂ ਬਾਅਦ ਆਖਿਆ ਸਾਰੀ ਗੱਲ ਸਮਝ ਆ ਗਈ ਤੁਸੀਂ ਆਖਿਆ ਜੀ ਹਰ ਸ਼ੈ ਸਮਝ ਆ ਗਈ ਕੋਈ ਉੱਠਿਆ ਉਹਨੇ ਆਖਿਆ ਸਾਰੇ ਆਲਮ ਗਾਇਬ ਹੋ ਗਿਆ ਕੋਈ ਅਕਲ ਕਰਿਆ ਕਰਨਾ ਕੋਈ ਬਾਤ ਬਣਦੀ ਜੁੜਦੀ ਕਰਿਆ ਕਰਨਾ ਕਿ ਜਿਸ ਮਾਹੌਲ 'ਚ ਗੱਲ ਹੋ ਰਹੀ ਗੱਲ ਉਹਦੀ ਹੁੰਦੀ ਇੱਥੇ ਵੀ ਅੱਲਾਹ ਫਰਮਾਉਂਦਾ ਕਿ ਅੱਲਾਹ ਪੈਗੰਬਰ ਨੇ ਆਖਿਆ ਹੁਣ ਬਚਣਾ ਕੁਛ ਨਹੀਂ ਤੁਦਮ ਮੇਰੋ ਕੁੱਲਾ ਸ਼ਾਇਮ ਬਿਆਮਰੇ ਰੱਬੇ ਹਾ ਇਸ ਹਵਾ ਨੇ ਆਪਣੇ ਰੱਬ ਦੇ ਹੁਕਮ ਨਾਲ ਇਹ ਵੀ ਆਪ ਨਹੀਂ ਚੱਲ ਰਹੀ ਇਹਦੀ ਡੋਰ ਅੱਲਾਹ ਦੇ ਹੱਥ 'ਚ ਆ ਅੱਲਾਹ ਦੇ ਹੁਕਮ ਨਾਲ ਚੱਲਣੀ ਆ ਔਰ ਇਹਨੇ ਹੁਣ ਕੋਈ ਸ਼ਾਇਦ ਛੱਡਣੀ ਨਹੀਂ ਤਬਾਹ ਹੋ ਜਾਣੀ ਫਾਸ ਬਹੂ ਲਾ ਯੁਰਾ ਅੱਲਾ ਮਨਾ ਮਸਾਖਿਰ ਉਹ ਜਿਹੜਾ ਉੱਥੇ ਆਖਿਆ ਨਾ ਕਿ ਹਮਨੇ ਉਹਨੂੰ ਹਲਾਕ ਕਰ ਲਿਆ ਉਹਦਾ ਤਰੀਕਾ ਕੀ ਦੱਸਿਆ ਇੱਥੇ ਫਾਸ ਬਹੂ ਜਦੋਂ ਦਿਨ ਚੜਿਆ ਲਾ ਯੁਰਾ ਅੱਲਾ ਮਸਾਖਿਰ ਨਾ ਬਾਗ ਨਜ਼ਰ ਆਏ ਨਾ ਚਸ਼ਮੇ ਲੱਭੇ ਨਾ ਇਮਾਰਤਾਂ ਲੱਭੀਆਂ ਕੁਛ ਨਹੀਂ ਲੱਭਾ ਉਹ ਆਪ ਵੀ ਮਰੇ ਪੈ ਗਏ ਸਿਵਾਏ ਉਹਨਾਂ ਦੇ ਉਹ ਮਕਾਨ ਜਿਹੜੇ ਸੀ ਖੰਡਰ ਉਹਨਾਂ ਤੋਂ ਸਿਵਾ ਉੱਥੇ ਕੁਛ ਨਹੀਂ ਉਜਾੜ ਪਈ ਸੀ ਕਜ਼ਾਲਿਕ ਨਜ਼ਲ ਕੌਮ ਮਲ ਮੁਜਰਮੀਨ ਇਹ ਅੱਲਾਹ ਨੇ ਫਰਮਾਇਆ ਕੋਈ ਨਾ ਸਮਝੇ ਵਿਆਦ ਨਾ ਹੋਇਆ ਜਿਸ ਮੂਦ ਨਾ ਇਸੇ ਭੁਲੇਖੇ ਪੈ ਹੋ ਗਿਆ ਹੋਊਗਾ ਹੁਣ ਨਹੀਂ ਹੋਣਾ ਹਮ ਇਸੀ ਤਰ੍ਹਾਂ ਮੁਜਰਮੋਂ ਕੋ ਬਦਲਾ ਦੀਆ ਕਰਤੇ ਹਨ ਇਹ ਕਾਨੂੰਨ ਦਾਇਮੀ ਆ ਔਰ ਕਦੀ ਨਹੀਂ ਖਤਮ ਹੋਣਾ ਬੜੇ ਬੜੇ ਬਾਦਸ਼ਾਹ ਰਗੜਿਆਂ 'ਚ ਆ ਗਏ ਅਤੇ ਫਾਂਸੀਆਂ 'ਤੇ ਚੜ ਗਿਆ ਅਤੇ ਬੜੇ ਬੜੇ ਜਰਨੈਲ ਕੁੱਤਿਆਂ ਦੀ ਮੌਤ ਮਰਿਆ ਤੁਸੀਂ ਸਮਝਦੇ ਜੇ ਖੁਦਾ ਚਲਾ ਗਿਆ ਕਿਤੇ ਉਹਦਾ ਕਾਨੂੰਨ ਜਿਹੜਾ ਉਹਦੀ ਕਦੀ ਤਰਮੀਮ ਨਹੀਂ ਹੁੰਦੀ ਮੁਜਰਮੋਂ ਕੋ ਇਸੀ ਤਰ੍ਹਾਂ ਸਜ਼ਾ ਦਿੱਤੇ ਅਤੇ ਮੱਕੇ ਦੇ ਕਾਫਰਾਂ ਨੂੰ ਕਿਹਾ ਅਤੇ ਹੁਣ ਵੀ ਸਾਨੂੰ ਕਿਹਾ ਅਸੀਂ ਭੁੱਲ ਗਿਆ ਤੁਸੀਂ ਉਹਨਾਂ ਕੌਮਾਂ ਦੇ ਮੁਕਾਬਲੇ 'ਚ ਕੀਜੇ ਵਲਾ ਕਦ ਮੱਕਣ ਨਾ ਫੀ ਮਾ ਮੱਕਣ ਨਾ ਕੁਫੀਏ ਤਾਂ ਅਸਾਂ ਉਹਨਾਂ ਨੂੰ ਉਹ ਇਕਤਦਾਰ ਦਿੱਤਾ ਸੀ ਇਹ ਹਕੂਮਤ ਦਿੱਤੀ ਸੀ ਐਸਾ ਮਾਰੋ ਦੌਰ ਦਿੱਤਾ ਸੀ ਜਿਹਦੇ ਤੁਹਾਡੇ ਕੋਲ ਦਸਵਾਂ ਹਿੱਸਾ ਵੀ ਨਹੀਂ ਤੁਸੀਂ ਕੁਛ ਵੀ ਨਹੀਂ ਉਹਨਾਂ ਦੇ ਮੁਕਾਬਲੇ 'ਚ ਵਜਾ ਨਾਲ ਹਮ ਸਮਾਂ ਅਬਸਾਰਾਂ ਵਫੇਲਾ ਔਰ ਕੋਈ ਪਾਗਲ ਲੋਕ ਨਹੀਂ ਸੀ ਉਹਨਾਂ ਨੂੰ ਕੰਨ ਵੀ ਮਿਲੇ ਸੀ ਅੱਖਾਂ ਵੀ ਮਿਲੀਆਂ ਸੀ ਦਿਮਾਗ ਵੀ ਯਾਨੀ ਦੁਨੀਆ ਦੇ ਮਾਮਲਿਆਂ 'ਚੋਂ ਬੜੇ ਹੁਸ਼ਿਆਰ ਸੀ ਤਰੱਕੀ ਯਾਫਤਾ ਕੌਮਾਂ ਜਾਣਤੇ ਜਾ ਰਹੀਆਂ ਸੀ ਫਮਾਗ ਨਾਲ ਸਮੋਂ ਵਾਲਾ ਅਬਸਾਰੋਂ ਵਾਲਾ ਫਿਰ ਥਮਿਨ ਸ਼ੈ ਨਾ ਦੇ ਕੰਨਾਂ ਨੇ ਨਾ ਅੱਖਾਂ ਨੇ ਨਾ ਦਿਮਾਗਾਂ ਨੇ ਜ਼ਰਾ ਵੀ ਫਾਇਦਾ ਨਾ ਦਿੱਤਾ ਅੱਲਾਹ ਨੇ ਆਖਿਆ ਤੁਸੀਂ ਦੁਨੀਆ ਦੇ ਕੀੜੇ ਬਣੇ ਰਹੇ ਸੀ ਉਹ ਤੁਹਾਨੂੰ ਦਿੱਤਾ ਦੀਨ ਵਾਸਤੇ ਤੁਸੀਂ ਸੋਚਿਆ ਹੀ ਬਣੀ ਤੁਹਾਨੂੰ ਹੁਣ ਉਸ ਤੁਹਾਡੀ ਅਕਲਾਂ ਕੀ ਕਰਨਾ ਇਸ ਗਾਹ ਨੂੰ ਇਹ ਜਹਾਦੂ ਨਾ ਬਿਆਇਆ ਚਿੱਲਾ ਇਹ ਸਾਰਾ ਇਸ ਪਰੋਂ ਹੋਇਆ ਵੀ ਅੱਲਾਹ ਤਾਲਾ ਦੀਆਂ ਆਇਤਾਂ ਨੂੰ ਨਹੀਂ ਸੀ ਮੰਨਦੇ ਖੁਦਾ ਦੇ ਰਸੂਲ ਜੋ ਨਹੀਂ ਮੰਨਿਆ ਵਹਾ ਕਾ ਬਹਿਮ ਮਾ ਕਾਨੂੰ ਵੀ ਅਸਤਾਦ ਹੁਣ ਜਿਸ ਜ਼ਿਆਦਾ ਠੱਠਾ ਉਡਾਉਂਦੇ ਸੀ ਨਾ ਮਖੌਲ ਕਰਦੇ ਸੀ ਵੀ ਇੱਦਾਂ ਹੋਣੀ ਆ ਹੋ ਗਈ ਫਿਰ ਲੋਕਾਂ ਨੇ ਵੇਖ ਲਿਆ ਵੀ ਅੱਜ ਗੱਲ ਕਰ ਹੁਣ ਕੜੀਆਂ ਲੱਗੀਆਂ ਮੁਆਖਜ਼ੇ ਲਈ ਖੜਾ ਫਾਂਸੀ ਤਿਆਰ ਆ ਹੁਣ ਗੱਲ ਕਰ ਹਾਂ ਹੁਣ ਤੇਰਾ ਇਕਤਦਾਰ ਕਿੱਥੇ ਤੂੰ ਬੰਦਾ ਹੀ ਨਹੀਂ ਸੀ ਬਣਦਾ ਸੋਚਦਾ ਹੀ ਨਹੀਂ ਸੀ ਵੀ ਕਈ ਇਸ ਤਰ੍ਹਾਂ ਹੋ ਗਏ ਕਈ ਵਾਰੀ ਹੋ ਚੁੱਕੀ ਮਗਰ ਫਿਰ ਭੁੱਲ ਪੈਣੀ ਤਾਂ ਅੱਲਾਹ ਤਾਲਾ ਫਰਮਾਉਂਦਾ ਕਿ ਉਹ ਕੌਮੇ ਸ਼ੈਬ ਜਿਹੜੀ ਜਦੋਂ ਨਹੀਂ ਮੰਨਿਆ ਹਮਨੇ ਉਹਨਾਂ ਨੂੰ ਹਲਾਕ ਕਰ
بالکل تباہ برباد کر کے رکھ لیا, انہوں کا نشان بھی نہیں خدا نے چھڈیا. اِنَّ فِي ذَلِكَ لَآيَةً,